ਦਲਿਤ ਸਮਾਜ ਦੇ ਵਿਰੋਧ ਦਾ ਸਭ ਤੋਂ ਵੱਧ ਅਸਰ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਚੱਲਦਿਆਂ ਗੁਰੂ ਨਗਰੀ ਅੰਮ੍ਰਿਤਸਰ 'ਚ ਦਲਿਤ ਭਾਈਚਾਰੇ ਦਾ ਤਿੱਖਾ ਸੰਘਰਸ਼ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਰੂਟ 'ਤੇ ਚੱਲਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਹਾਲ ਬਜਾਜ ਸਥਿਤ ਕੇਂਦਰੀ ਮੰਦਿਰ 'ਚ ਦਲਿਤ ਸੰਗਠਨਾਂ ਦੀ ਬੈਠਕ ਤੋਂ ਬਾਅਦ ਕਰੀਬ 100-150 ਮੋਟਰਸਾਈਕਲਾਂ 'ਤੇ 3-3 ਨੌਜਵਾਨ ਸਵਾਰ ਹੋ ਕੇ ਸ਼ਹਿਰ ਵਿੱਚ ਹੁੱਲੜਬਾਜ਼ੀ ਕਰਦੇ ਵਿਖਾਈ ਦੇ ਰਹੇ ਹਨ, ਜਿਨ੍ਹਾਂ ਦੇ ਹੱਥਾਂ 'ਚ ਡੰਡੇ ਅਤੇ ਲਾਠੀਆਂ ਹਨ। ਸ਼ਹਿਰ ਦੇ ਲਾਰੈਂਸ ਰੋਡ ਚੌਂਕ, ਹਾਲ ਬਾਜ਼ਾਰ, ਪੁਤਲੀ ਘਰ, ਇਸਲਾਮਾਬਾਦ, ਰਾਣੀਕਾਬਾਗ, ਗ੍ਰੀਨ ਐਵਨਿਊ, ਬਸੰਤ ਐਵਨਿਊ, ਰਣਜੀਤ ਐਵਨਿਊ 'ਚ ਮੋਟਰਸਾਈਕਲ ਸਵਾਰ ਹੁੱਲੜਬਾਜ਼ੀ ਕਰਦੇ ਵਿਖਾਈ ਦਿੱਤੇ। ਬੰਦ ਦੇ ਸੰਬੰਧ ਦੇ ਵਿੱਚ ਹੀ ਅੰਮ੍ਰਿਤਸਰ ਕਮਿਸ਼ਨਰੇਟ 'ਚ ਪੂਰਾ ਬੰਦੋਬਸਤ ਕੀਤਾ ਵਾ, ਪੂਰੇ ਨਾਕਾਬੰਦੀ ਕੀਤੀ ਆ, ਰਿਜ਼ਰਵਾਂ ਤੈਨਾਤ ਕੀਤੀਆਂ ਨੇ ਵੀ ਜਿਹੜਾ ਕਿਸੇ ਵੀ ਕੋਈ ਅਣਸਕਾਵੀ ਘਟਨਾ ਨਾ ਵਾਪਰੇ। ਅਤੇ ਇਸ ਵੇਲੇ ਪੀਸਫੁੱਲ ਚੱਲ ਰਿਹਾ ਸ਼ਹਿਰ ਦੇ ਵਿੱਚ, ਜੋ ਵੀ ਆ ਕੋਈ ਇਹੋ ਜਿਹੀ ਕੋਈ ਅਣਸਕਾਵੀ ਘਟਨਾ ਨਹੀਂ। ਅਤੇ ਪੁਲਿਸ ਦੀ ਡਿਊਟੀ ਆ ਵੀ ਲੋਕਾਂ ਦੀ ਮਾਲ ਜਾਨ ਮਾਲ ਦੀ ਜਿਹੜੀ ਹਿਫਾਜ਼ਤ ਆ ਬਿਲਕੁਲ ਠੀਕ ਠਾਕ ਚੱਲ ਰਿਹਾ। ਇਸੇ ਤਰ੍ਹਾਂ ਵਾਲਮੀਕ ਸਮਾਜ ਵੱਲੋਂ ਅੰਮ੍ਰਿਤਸਰ ਦੇ ਵੱਲਾ ਫਾਟਕ 'ਤੇ ਵੀ ਰੇਲ ਗੱਡੀਆਂ ਨੂੰ ਰੋਕ ਕੇ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹੜਾ ਕੋਟਾ ਗੌਰਮੈਂਟ ਨੇ SC ਦਾ ਕੋਟਾ ਸੀ ਉਹ ਬੰਦ ਕੀਤਾ, ਉਹਦੇ ਕਰਕੇ ਇਹਨਾਂ ਨੇ ਫਿਰ ਹੜਤਾਲ ਕੀਤੀ ਹੈ, ਉਹਦੇ ਕਰਕੇ ਰੋਕਣ ਦੇ ਲੱਗਦਾ ਇਹੋ ਜਿਹੀ ਚੀਜ਼ਾਂ ਨਹੀਂ ਰੋਕਣੀਆਂ ਚਾਹੀਦੀਆਂ ਕਿਉਂਕਿ ਲੋਕਾਂ ਨੂੰ ਕਾਫੀ ਲੋਕਾਂ ਨੂੰ ਬੜੀ ਮੁਸ਼ਕਿਲ ਹੁੰਦੀ ਹੈ, ਬੜੀ ਪਰੇਸ਼ਾਨੀ ਹੁੰਦੀ ਹੈ, ਜਿਹਦੇ ਨਾਲ ਲੜਾਈ ਤੁਸੀਂ ਗੌਰਮੈਂਟ ਨਾਲ ਲੜੋ, ਲੋਕਾਂ ਨੂੰ ਕੋਈ ਪਰੇਸ਼ਾਨ ਕਰਦੇ ਹੋ। ਬੱਚੇ ਵੀ ਕਾਫੀ ਹੈ ਵਿੱਚ, ਲੇਡੀਜ਼ ਕਾਫੀ ਨੇ, ਬੱਚੇ ਕਾਫੀ ਨੇ, ਬਜ਼ੁਰਗ ਕਾਫੀ ਨੇ। ਅਸੀਂ ਕਰਨਾਲ ਜਾ ਰਹੇ ਹਾਂ, ਅਸੀਂ ਸਵੇਰ ਦੇ 4-3 ਵਜੇ ਉੱਠੇ ਹਾਂ ਇਸ ਟ੍ਰੇਨ ਦੇ ਵਾਸਤੇ, ਜੇ ਇਹਨੇ ਨਹੀਂ ਸੀ ਚੱਲਣ ਦੇਣੀ ਔਰ ਇਹਨੇ ਸਾਨੂੰ ਟਿਕਟਾਂ ਹੀ ਨਾ ਦੇਣ ਦੇ, ਹੋਰ ਸਾਨੂੰ ਇੰਨੀ ਪਰੇਸ਼ਾਨੀ ਹੋਈ, ਨਿੱਕੇ ਨਿੱਕੇ ਸਾਡੇ ਨਾਲ ਬੱਚੇ ਨੇ। ਹੁਣ ਜੇ ਨਾ ਦਰਬਾਰ ਸਾਹਿਬ ਜੋ ਉੱਥੇ ਜਾਣਾ ਉੱਥੇ ਉਹਨਾਂ ਦਾ ਕੀ ਹਾਲ ਹੁੰਦਾ ਹੋਏਗਾ ਕਿ ਨਹੀਂ, ਕਿੰਨੀ ਪਰੇਸ਼ਾਨੀ, ਹੁਣ ਜੋ ਵੀ ਇਹਨਾਂ ਦੀਆਂ ਮੰਗਾਂ ਨੇ ਇਹਦੀ ਸਰਕਾਰ ਪੂਰੀਆਂ ਕਰੇ ਕਿ ਨਹੀਂ। ਕਰਨੀ ਚਾਹੀਦੀ ਸੀ, ਇਹਨਾਂ ਨੂੰ ਦੱਸਣਾ ਚਾਹੀਦਾ ਸੀ, ਕਨਫਰਮ ਕਰਨਾ ਚਾਹੀਦਾ ਸੀ ਇੰਨੀ ਜਨਤਾ ਨੂੰ, ਇੰਨੀ ਜਨਤਾ ਪਰੇਸ਼ਾਨ ਹੋਣ ਡਈ, ਇਹਨਾਂ ਦਾ ਕੀ ਗਿਆ ਹੈ, ਇਹਨਾਂ ਨੂੰ ਤਾਂ ਕੋਈ ਪਰੇਸ਼ਾਨੀ ਨਹੀਂ ਹੋਈ, ਪਰੇਸ਼ਾਨੀ ਤਾਂ ਹੁਣ ਆਮ ਲੋਕਾਂ ਨੂੰ ਹੈ। ਬਿਊਰੋ ਰਿਪੋਰਟ, ਪੰਜਾਬ ਟੂਡੇ।